ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਡਰਾਈਵਿੰਗ ਲਾਇਸੈਂਸ ਵਿੱਚ ਕੋਈ ਵੀ ਸੁਧਾਰ ਕਿਵੇਂ ਕਰਾਉਣਾ ਐਗਜ਼ਾਮਪਲ ਦੇ ਤੌਰ ਤੇ ਆਪਾਂ ਡਰਾਈਵਿੰਗ ਲਾਇਸੈਂਸ ਵਿੱਚੋਂ ਆਪਣਾ ਨੇਮ ਦੀ ਸਪੈਲਿੰਗ ਗਲਤ ਹੋ ਗਈ ਹੈ ਉਹ ਸਹੀ ਕਰਾਉਣਾ ਹੈ ਜਾਂ ਡੇਟ ਆਫ ਬਰਥ ਚੇਂਜ ਕਰਵਾਉਣੀ ਹੈ ਜਾਂ ਇਸ ਤੋਂ ਇਲਾਵਾ ਫਾਦਰ ਨੇਮ ਗਲਤ ਲਿਖਿਆ ਗਿਆ ਹੈ ਉਹ ਆਪਾਂ ਰਾਈਟ ਕਰਵਾਉਣਾ ਹੈ ਜਾਂ ਆਪਣਾ ਡਰਾਈਵਿੰਗ ਲਾਇਸੈਂਸ ਖੋ ਗਿਆ ਹੈ ਉਸ ਨੂੰ ਦੁਬਾਰੇ ਤੋਂ ਰਿਕਵਰ ਕਰਨਾ ਹੈ ਜਾਂ ਆਪਣਾ ਐਡਰੈਸ ਹੈ ਜਿਹੜਾ ਉਹ ਆਪਾਂ ਚੇਂਜ ਕਰਵਾਉਣਾ ਹੈ ਤਾਂ ਸਾਰੀ ਗੱਲ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਪਹਿਲਾਂ ਇਸ ਵੈਬਸਾਈਟ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਇਸ ਤੇ ਆਪਾਂ ਆ ਜਾਵਾਂਗੇ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਤੇ ਇਹ ਪੇਜ ਓਪਨ ਹੋਣ ਤੋਂ ਬਾਅਦ ਆਪਾਂ ਸਰਚ ਕਰਾਂਗੇ ਆਨਲਾਈਨ ਸਰਵਿਸ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਜ਼ੂਮ ਕਰਕੇ ਤੁਹਾਨੂੰ ਦਿਖਾ ਦੇਣ ਡਰਾਈਵਿੰਗ ਲਾਇਸੈਂਸ ਰਿਲੇਟਡ ਸਰਵਿਸ ਤੇ ਆਪਾਂ ਕਲਿੱਕ ਕਰ ਲਾਂਗੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਵੇਗਾ ਇਸ ਤੋਂ ਬਾਅਦ ਆਪਾਂ ਇੱਥੋਂ ਸਿਲੈਕਟ ਕਰ ਲਾਂਗੇ ਕਿਹੜੀ ਸਟੇਟ ਦਾ ਆਪਾਂ ਜਿਹੜਾ ਆਪਣਾ ਡਰਾਈਵਿੰਗ ਲਾਇਸੈਂਸ ਦੀ ਰਿਕਵਰੀ ਕਰਨੀ ਹੈ ਪੰਜਾਬ ਮੈਂ ਸਰਚ ਕਰ ਲੈਣਾ ਇਸ ਪੰਜਾਬ ਸਰਚ ਕਰਨ ਤੋਂ ਬਾਅਦ ਪੰਜਾਬ ਦਾ ਜਿਹੜਾ ਆਫੀਸ਼ੀਅਲ ਪੋਰਟਲ ਆ ਉਹ ਓਪਨ ਹੋ ਜਾਂਦਾ ਹੈ ਤੇ ਇਸ ਵਿੱਚ ਆਪਾਂ ਇਸ ਤੋਂ ਬਾਅਦ ਲੈਫਟ ਸਾਈਡ ਤੇ ਨੀਚੇ ਆਪਾਂ ਚੈੱਕ ਕਰਾਂਗੇ ਆਨਲਾਈਨ ਅਪਲਾਈ ਦਾ ਆਪਸ਼ਨ ਲਿਖਿਆ ਹੋਇਆ ਆਨਲਾਈਨ ਅਪਲਾਈ ਤੇ ਕਲਿੱਕ ਕਰਨ ਤੋਂ ਬਾਅਦ ਫਿਫਥ ਨੰਬਰ ਤੇ ਜਿਹੜਾ ਆਪਾਂ ਨੂੰ ਸਰਵਿਸ ਔਨ ਡਰਾਈਵਿੰਗ ਲਾਇਸੈਂਸ ਰੀਨਿਊ ਕਰਾ ਸਕਦੇ ਹਾਂ ਡੁਪਲੀਕੇਟ ਤੇ ਅਦਰ ਜਿਹੜੀ ਸੈਟਿੰਗ ਆਪਾਂ ਕਰਵਾਉਣੀ ਚਾਹੁੰਦੇ ਹਾਂ ਇਹ 'ਚ ਕਰ ਸਕਦੇ ਹਾਂ ਤਾਂ ਇੱਥੇ ਇਹਨਾਂ ਨੇ ਪੰਜ ਆਪਸ਼ਨ ਥਰੂ ਤੁਹਾਡਾ ਜਿਹੜਾ ਰੀਨਿਊ ਜਾਂ ਚੇਂਜਿੰਗ ਕਰਵਾਉਣੀ ਹੈ ਡਰਾਈਵਿੰਗ ਲਾਇਸੈਂਸ ਵਿੱਚ ਦੱਸਿਆ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਫਿਲ ਕਰਨਾ ਪਊ ਅਤੇ ਆਨਲਾਈਨ ਤੇ ਡਾਕੂਮੈਂਟ ਅਪਲੋਡ ਕਰਨੇ ਪੈਣਗੇ ਤੇ ਫੋਟੋ ਤੇ ਸਿਗਨੇਚਰ ਅਤੇ ਇਸ ਤੋਂ ਬਾਅਦ ਜਿਹੜਾ ਡਰਾਈਵਿੰਗ ਲਾਇਸੈਂਸ ਟੈਸਟ ਦੀ ਉਹ ਕਾਪੀ ਹੁੰਦੀ ਹੈ ਉਹ ਆਪਾਂ ਨੂੰ ਸਬਮਿਟ ਕਰਨੀ ਪਊ ਅਤੇ ਫੀਸ ਜਮ੍ਹਾਂ ਕਰਨੀ ਪਊ ਇੱਕ ਗੱਲ ਹੋਰ ਇਸ ਵਿੱਚ ਤੁਸੀਂ ਕਰਵਾ ਕੀ ਸਕਦੇ ਹੋ ਆਪਣਾ ਡਰਾਈਵਿੰਗ ਲਾਇਸੈਂਸ ਜੇ ਐਕਸਪਾਇਰ ਹੋ ਗਿਆ ਹੈ ਤਾਂ ਉਹ ਆਪਾਂ ਰਿਨਿਊ ਕਰਵਾ ਸਕਦੇ ਹਾਂ ਅਤੇ ਕੁਛ ਐਡ ਕਰਵਾਉਣਾ ਜਿਹੜਾ DL ਨਾਲ ਉਹ ਆਪਾਂ ਕਰ ਸਕਦੇ ਹਾਂ ਇਹ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲਿਓ ਜਿਹੜੇ ਇਹ 18 ਟਾਈਪ ਦੇ ਜਿਹੜੇ ਸੈਕਸ਼ਨ ਆਪਾਂ ਆਪਣੇ ਡਰਾਈਵਿੰਗ ਲਾਇਸੈਂਸ ਵਿੱਚ ਇਸ ਸਾਈਟ ਤੋਂ ਕਰ ਸਕਦੇ ਹਾਂ ਅਤੇ ਓਕੇ ਦੋਸਤੋ ਇਸ ਤੋਂ ਬਾਅਦ ਨੋਰਮਲ ਜੀ ਡਿਟੇਲ ਹੈ ਜਿਹੜੀ ਆਪਾਂ ਭਰਨੀ ਹੈ ਅਤੇ ਤੁਹਾਡੇ ਕੋਲ ਸਾਹਮਣੇ ਫੀਚਰ ਆ ਜਾਣਗੇ ਕੀ ਆਪਾਂ ਇਸ ਤੋਂ ਲੈਣਾ ਚਾਹੁੰਦੇ ਹਾਂ ਮਤਲਬ ਕਿਹੜੇ ਆਪਾਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਉਸ 'ਤੇ ਆਪਾਂ ਟਿੱਕ ਮਾਰ ਕਰਕੇ ਪ੍ਰੋਸੀਡ ਕਰਾਂਗੇ ਤਾਂ ਨੋਰਮਲ ਡਿਟੇਲ ਆਪਾਂ ਨੂੰ ਭਰਨੀ ਪਵੇਗੀ ਫੋਟੋ ਅਪਲੋਡ ਕਰਨੀ ਪਵੇਗੀ ਬਟ ਦੋਸਤੋ ਮੇਰੇ ਕੋਲ ਇਸ ਟਾਈਮ ਕੋਈ ਡਰਾਈਵਿੰਗ ਲਾਇਸੈਂਸ ਦੀ ਕਰੈਕਸ਼ਨ ਕਰਨ ਵਾਸਤੇ ਕੋਈ ਵੀ ਕਲਾਇੰਟ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਅੱਗੇ ਦਾ ਲਾਈਵ ਪ੍ਰੋਸੈਸ ਨਹੀਂ ਦਿਖਾ ਸਕਦਾ ਜੇ ਤੁਸੀਂ ਪ੍ਰੋਸੈਸ ਕਰਵਾਉਣਾ ਚਾਹੁੰਦੇ ਹੋ ਮੈਂ ਫ੍ਰੀ ਵਿੱਚ ਤੁਹਾਡੇ ਲਈ ਪ੍ਰੋਸੈਸ ਇਹ ਕਰਨ ਨੂੰ ਤਿਆਰ ਹਾਂ ਅਤੇ ਵੀਡੀਓ ਵਿੱਚ ਕਮੈਂਟ ਕਰੋ ਅਤੇ ਆਪਣਾ DL ਨੰਬਰ ਮੈਨੂੰ ਸੈਂਡ ਕਰੋ ਅਤੇ ਮੈਂ ਤੁਹਾਨੂੰ ਸਾਰਾ ਕੁਝ ਸੈੱਟ ਕਰਕੇ ਅਤੇ ਇੱਕ ਵੀਡੀਓ ਰਿਕਾਰਡ ਕਰਕੇ ਤੁਹਾਡੇ ਲਈ ਤੁਹਾਨੂੰ ਜਿਹੜਾ ਸਕ੍ਰੈਕਸ਼ਨ ਹੋਵੇਗੀ ਉਹ ਕਰ ਦੇਵਾਂਗਾ ਓਕੇ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ